धन गुरु नानक 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 इको ओंकार सतनाम निर्भव निर्वैर मूर्ति अजुनि सैव प्रसाद जप हाद जुगाद सच है भी सच नानक होसी भी सच। आज गुरु नानक देव जी दा प्रकाश दिवस है, अवतार पुरब भी। अज आप नारायण निरंकार कला धार के गुरु नानक साहब के रूप में अज धरती ते आए आ, ननकाणा साहब विखे अवतार धारिया है। बहुत संगत अज हर गुरुद्वारे विच, हर शहर विच, पिंडां विच, पूरी दुनिया विच अज जगत गुरु गुरु नानक देव जी दा प्रकाश दिहाड़ा मनाया जा रहा है। दिल्ली दी संगत भागां वाली है, जिन्हां नूं महासंपर्क पाठ द्वारा प्रकाश दिवस मनाउण दा सुभाग प्राप्त होया। जेड़े पाठी सिंह अंदर रहे ने 20-25 दिन, वह भी बहुत भागा वाले ने, जिन्हां तो गुरु साहब ने सेवा लई है, जिन्हां ने पहरे लाए, जड़िया बीबिया जब तब ते लगियां, सारिआं नूं गुरु साहब अपने घरों अज अवतार पुरब ते सब नूं खुशियां बख्शन। जदों किसी मंत्री का, प्रधानमंत्री का, किसी राजे का जन्मदिन आता है, सब तो पहलों उनकी निगाह जाती है कि जेड़े मैं कैद कर करके रखे आ, जिन्हां दे उपर कोई गुनाह ने, अज मैं उन्होंने माफ करा। क्योंकि गिणिया जाता कि सब तो बड़ा जिहड़ा कर्म है वो है माफ करना। सजा देनी नहीं बड़ा गुण, बड़ा गुण है माफ कर देना। सब नूं अपना अंग समझना है। जे साडे हाथ ने कोई गलती कीती है, असीं इहनूं सजा नहीं लाउंदे, इनू माफ कर दें। गुरु पीर महात्मा जिवें सजा ला देंदे सी, पुच्चो दे इलाके च एक काले मूँह वाला संत होंदा सी, उन्हूं काले मूँह वाला कहिंदे सी, वह काला मूँह करके बैठदा सी, वह साधु बनिया सी। साधु बने तो उन्दे तो गलती हो गई, उन्हें किसी धी भैन वाल बुरी निगाह नाल तक लिया, बुरियाई लियांदी। उन्हें फिर अपने आप नूं कहा, भाई हुण तेरा मूँह काला होना चाहिए, तू गलती क्यों की, संत बन के
ਫਿਰ ਉਹ ਆਪ ਹੀ ਕਹਿੰਦਾ ਸੀ ਆਪਣੇ ਸਰੀਰ ਨੂੰ ਉਹਨੇ ਦੋ ਸਜ਼ਾ ਲਾਤੀ ਸੀ ਕਿ ਹੁਣ ਤੇਰਾ ਮੂੰਹ ਰੋਜ਼ ਕਾਲਾ ਮੈਂ ਕਰਾਂਗਾ, ਤੂੰ ਗਲਤੀ ਕੀਤੀ। ਉਹਦੇ ਬੜੀਆਂ ਰਿੱਧੀਆਂ ਸਿੱਧੀਆਂ ਆ ਗਈਆਂ ਸੀ, ਕਾਲੇ ਮੂੰਹ ਵਾਲਾ ਸੀ। ਪਰ ਬਿਨਾਂ ਗੁਰੂ ਪੀਰ ਤੋਂ ਰਿੱਧੀਆਂ ਸਿੱਧੀਆਂ ਵੀ ਸ਼ਕਤੀਆਂ ਵੀ ਨੁਕਸਾਨ ਹੀ ਕਰਦੀਆਂ। ਗੁਰੂ ਸਾਹਿਬ ਕਹਿੰਦੇ ਨਹੀਂ, ਸਭ ਤੋਂ ਵੱਡੀਆਂ ਰਿੱਧੀਆਂ ਸਿੱਧੀਆਂ ਨਾਮ ਦੀਆਂ, ਸਿਮਰਨ ਦੀਆਂ, ਗੁਰੂ ਦੀ ਮਿਹਰ ਦੀਆਂ। ਆਪਣੀ ਰਿੱਧੀ ਸਿੱਧੀ ਕੀ ਹੈ? ਆਪਣੀ ਰਿੱਧੀ ਸਿੱਧੀ ਜਿਹੜੀ ਹੈ ਨਾ, ਉਹ ਗੁਰੂ ਸਾਹਿਬ ਦੇ ਹੱਥ ਹੈ। ਜਿਹੜਾ ਵੀ ਗੁਰੂ ਸਾਹਿਬ ਦਾ ਬਣ ਕੇ ਵਰਤੋਦਾ ਹੈ ਉਹਨੂੰ ਗੁਰੂ ਮਹਾਰਾਜ ਰਿੱਧੀਆਂ ਸਿੱਧੀਆਂ ਦਿੰਦੇ ਆ। ਗੁਰੂ ਘਰਾਂ ਵਿੱਚ ਅੱਜ ਪ੍ਰਥਾ ਬਣ ਗਈ ਹੈ ਪ੍ਰਬੰਧਕ ਕਮੇਟੀਆਂ ਦੀ, ਇਹ ਮਰਿਆਦਾ ਬਣ ਗਈ ਹੈ ਗੁਰੂ ਘਰਾਂ ਵਿੱਚ ਅਹੁਦੇ ਦੇਣ ਦੀ। ਪਰ ਪੁਰਾਤਨ ਗੁਰਸਿੱਖਾਂ 'ਚ ਕੋਈ ਅਹੁਦਾ ਨਹੀਂ ਲੈਂਦਾ ਸੀ, ਕਹਿੰਦਾ ਸੀ ਮੈਨੂੰ ਦਾਸ ਬਣਾ ਲਓ, ਸੇਵਾਦਾਰ ਬਣਾ ਲਓ, ਅਹੁਦਾ ਬਣ ਲੈ ਕੇ ਜੇ ਗੁਰੂ ਘਰ ਜਾਈਏ ਤਾਂ ਭਗਤੀ ਪੱਲੇ ਨਹੀਂ ਪੈਂਦੀ, ਨੁਕਸਾਨ ਹੁੰਦਾ। ਇਹਨੂੰ ਇੱਕ ਹਉਮੈ ਦੱਸਿਆ। ਸਾਰੇ ਗੁਰੂਆਂ ਵੇਲੇ ਕੋਈ ਪ੍ਰਧਾਨ ਨਹੀਂ ਸੀ, ਕੋਈ ਸੈਕਟਰੀ ਨਹੀਂ ਸੀ, ਮਰਿਆਦਾ ਹੀ ਨਹੀਂ। ਪ੍ਰਬੰਧਕ ਕਹਿੰਦੇ ਨੇ ਕਰਤਾ ਪੁਰਖ ਨੂੰ। ਜੇ ਉਹ ਕਰਤਾ ਪੁਰਖ ਹੈ ਤਾਂ ਤੂੰ ਬਈ ਕਰਤਾ ਪੁਰਖ ਕਿਵੇਂ ਬਣ ਗਿਆ? ਕਰਤਾ ਧਰਤਾ ਜਿਹੜਾ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਵੀ ਸਾਰਿਆਂ ਤੋਂ ਵੱਡੀ ਬੇਅਦਬੀ ਕਿਹੜੀ ਹੈ ਦੱਸੋ ਬਈ? ਸਭ ਤੋਂ ਵੱਡਾ ਪਾਪ, ਗੁਨਾਹ, ਬੇਅਦਬੀ ਕਿਹੜੀ? ਸਾਰਿਆਂ ਨੂੰ ਬਿਠਾ ਲਿਆ ਜਦੋਂ ਅੰਤ ਸਮੇਂ ਦਰਗਾਹ ਨੂੰ ਜਾਣ ਲੱਗੇ, ਕਹਿੰਦੇ ਭਾਈ ਦੱਸੋ ਕਿਹੜੀ ਬੇਅਦਬੀ? ਕਿਸੇ ਨੇ ਕੋਈ ਖਿਆਲ ਸੀ ਕਿਸੇ ਦਾ ਕੋਈ, ਪਰ ਮਹਾਂਪੁਰਸ਼ ਅੱਗੇ ਕੋਈ ਵੀ ਖਿਆਲ ਪ੍ਰਗਟ ਨਹੀਂ ਕਰਦਾ ਕਿ ਸਭ ਤੋਂ ਵੱਡਾ ਦਿਮਾਗ ਸੁਰਤ ਮਹਾਤਮਾ ਦੀ ਹੁੰਦੀ ਹੈ। 100 ਰਾਜੇ ਦੇ ਦਿਮਾਗ ਤੋਂ ਇੱਕ ਫਕੀਰ ਦਾ ਦਿਮਾਗ ਹੁੰਦਾ ਹੈ, ਇੰਨਾ ਵੱਡਾ ਦਿਮਾਗ ਹੁੰਦਾ। 100 ਵਜ਼ੀਰਾਂ ਤੋਂ ਇੱਕ ਰਾਜੇ ਦਾ, 100 ਰਾਜਿਆਂ ਦਾ ਦਿਮਾਗ ਹੋਵੇ ਤਾਂ ਇੱਕ ਮਹਾਂਪੁਰਖ ਦਾ ਬਣਦਾ। ਸਭ ਚੁੱਪ ਸਨ। ਬਾਬਾ ਜੀ ਕਹਿਣ ਲੱਗੇ ਭਾਈ ਜਿਸ ਨੇ ਕੀਤੀ ਜਰਾ ਬੇਅਦਬੀ ਇਸ ਗਲੀ ਵਿੱਚ ਸਹੀ ਹੋ, ਕਹਿੰਦੇ ਉਹਨੂੰ ਮਾਫੀ ਨਹੀਂ ਹੁੰਦੀ। ਜਿਹਨੇ ਗੁਰੂ ਘਰ 'ਚ ਬੇਅਦਬੀ ਕੀਤੀ, ਕਹਿੰਦੇ ਜੀ ਕਿਹੜੀ ਬੇਅਦਬੀ? ਕਹਿੰਦੇ ਗੁਰੂ ਘਰ 'ਚ ਕਦੀ ਬਣ ਕੇ ਨਹੀਂ ਬਹਿਣਾ ਚਾਹੀਦਾ, ਮਿਟ ਕੇ ਰਹਿਣ ਵਾਲੀ ਥਾਂ 'ਤੇ ਤੂੰ ਬਣ ਕੇ ਬਹਿਣਾ, ਇਹ ਤਾਂ ਬਹੁਤ ਗਲਤੀ ਹੈ, ਤਾਂ ਹੀ ਨੁਕਸਾਨ ਹੁੰਦੇ। ਇੱਕ ਗੁਰਦੁਆਰਾ ਕੀ ਕਹਿੰਦੇ, ਸਾਰੇ ਗੁਰਦੁਆਰਿਆਂ ਦਾ ਤੂੰ ਪ੍ਰਧਾਨ ਬਣ ਕੇ ਬਹਿ ਜਾ। ਉਹ ਸਾਡੇ SGPC ਦੇ ਪ੍ਰਧਾਨ ਆਏ ਸੀ ਟੋੜਾ ਸਾਹਿਬ, ਉਹ ਹਜ਼ੂਰ ਸਾਹਿਬ ਵੀ, ਪਾਉਂਟਾ ਪਟਨਾ ਸਾਹਿਬ ਵੀ, ਇੱਧਰ ਵੀ ਅਸੀਂ ਲੜਦੇ ਫਿਰਦੇ ਹਾਂ, ਪਰ ਖਾਲੀ ਭਾਂਡੇ ਖੜਕਦੇ ਹਾਂ। ਕਹਿਤ ਕਬੀਰ ਸ਼ੂਸ਼ਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਬਾਬਾ ਆਨੰਦ ਸਿੰਘ ਨਹੀਂ ਬਣੇ, ਪੂਰੇ ਪ੍ਰਬੰਧਕ ਸੀ, ਪਰ ਸਾਰੇ ਉਹਨਾਂ ਤੋਂ ਆਗਿਆ ਲੈ ਲੈ ਕੇ ਤੁਰਦੇ ਸੀ, ਪਰ ਉਹ ਬਣੇ ਨਹੀਂ। ਕਿ ਮੈਂ ਕੋਈ ਹਾਂ, ਮੈਂ ਤਾਂ ਕੁਝ ਵੀ ਨਹੀਂ, ਮੈਂ ਗੋਲਾਂ ਗੁਰੂ ਨਾਨਕ ਸਾਹਿਬ, ਮੈਂ ਦਾਸ। ਪਰ ਉਸ ਪ੍ਰਧਾਨ ਦੀ ਬਹੁਤ ਇੱਛਾ ਸੀ ਮੇਰੇ ਘਰ ਔਲਾਦ ਹੋਵੇ,
ਫਿਰ ਉਹਨੇ ਹੋਰ ਬੱਚਾ ਕੋਈ ਉਹਨੂੰ ਫਿਰ ਸਮਝਿਆ ਸੀ ਵੀ ਇਹ ਮੇਰਾ ਬੱਚਾ ਭੁੱਖ ਤਾਂ ਹੈਗੀ ਸੀ ਨਾ ਕਿ ਸਾਰੇ ਪਟਨਾ ਸਾਹਿਬ ਹਜ਼ੂਰ ਸਾਹਿਬ ਅੰਮ੍ਰਿਤਸਰ ਸਾਰੇ ਗੁਰਦੁਆਰਿਆਂ ਦਾ ਪ੍ਰਧਾਨ ਬਣ ਗਿਆ ਪਰ ਪੁੱਤ ਵੀ ਨਹੀਂ ਲੈ ਸਕਿਆ ਗੁਰਸਾਹਿਬ ਤੋਂ ਦਾਤ ਨਹੀਂ ਲੈ ਸਕਿਆ ਇਹ ਗਲਤੀ ਕਦੀ ਵੀ ਨਹੀਂ ਹੋਣੀ ਚਾਹੀਦੀ ਕਿ ਮੈਂ ਕੋਈ ਹਾਂ ਤੂੰ ਬਣ ਕੇ ਨਾ ਜਾ ਗੁਰੂ ਘਰ ਤੈਨੂੰ ਸਵਾਦ ਆਏਗਾ ਮਿਟ ਕੇ ਜਾ ਦਾਸ ਬਣ ਕੇ ਜਾ ਨਿਮਾਣਾ ਬਣ ਕੇ ਜਾ ਸਾਡੇ ਸਾਰੇ ਗੁਰਦੁਆਰਿਆਂ ਦੇ ਕਲੇਸ਼ ਦਾ ਕਾਰਨ ਕਮੇਟੀਆਂ ਨੇ ਭਗਤੀ ਦਾ ਕਾਰਨ ਭਗਤ ਨੇ ਜੇ ਪ੍ਰਬੰਧ ਕਰਦੀਆਂ ਨੇ ਤੇ ਦਾਸ ਬਣ ਕੇ ਕਰਨ ਪ੍ਰਬੰਧ ਕਦੀ ਵੀ ਨਹੀਂ ਕਲੇਸ਼ ਪੈਂਦਾ ਜਦੋਂ ਮੈਂ ਤੂੰ ਦੀ ਪ੍ਰਬੰਧਕੀ ਆਉਂਦੀ ਹੈ ਉਦੋਂ ਫਿਰ ਕਲੇਸ਼ ਰੋਜ਼ ਹੀ ਪੈਂਦਾ ਹੈ ਇਹ ਤਾਂ ਘਰਾਂ ਵਿੱਚ ਪੈਂਦਾ ਮੈਂ ਤੂੰ ਦਾ ਨੂੰਹ ਹੋਵੇ ਸੱਸ ਹੋਵੇ ਧੀ ਹੋਵੇ ਜਵਾਈ ਹੋਵੇ ਪੁੱਤ ਹੋਵੇ ਸਾਰਿਆਂ ਦੀ ਮੈਂ ਤੂੰ ਦੀ ਲੜਾਈ ਇਸ ਨੂੰ ਛੱਡ ਦਿਓ ਗੁਰੂ ਘਰ 'ਚ ਸਾਡੇ ਗੁਰਮੀਤ ਜੀ ਬਹੁਤ ਵਾਰੀ ਫੋਨ ਕਰ ਦਿੰਦੇ ਆ ਜੀ ਮੈਨੂੰ ਪ੍ਰਧਾਨ ਬਣਾਉਂਦੇ ਗੁਰਦੁਆਰੇ ਦਾ ਫਲਾਣੇ ਦਾ ਫਲਾਣੇ ਦਾ ਪੈਸਿਆਂ ਨੂੰ ਅੱਜ ਕੱਲ੍ਹ ਲੋਕ ਪ੍ਰਧਾਨ ਬਣਾਉਂਦੇ ਆ ਜੀਵਨ ਵਾਲੇ ਨੂੰ ਕੌਣ ਬਣਾਉਂਦਾ ਜੇ ਕਿਸੇ ਕੋਲ 4 ਕੋਟੀਆਂ ਉਹਦੇ ਛਿੱਲੜਾਂ 'ਤੇ ਨਿਗਾਹ ਹੁੰਦੀ ਵੀ ਇਹਨੂੰ ਪ੍ਰਧਾਨ ਬਣਾਓ ਇਹ ਮਾਇਆ ਲਾਈ ਜਾਏਗਾ ਕਿਸੇ ਜੀਵਨ ਵਾਲੇ ਨੂੰ ਭਗਤੀ ਵਾਲੇ ਨੂੰ ਸੰਤ ਗੁਣ ਵਾਲੇ ਨੂੰ ਅੱਗੇ ਲਾਓ ਤੁਹਾਡੇ 'ਚ ਗੁਣ ਆਉਣ ਸਭ ਗੁਰਦੁਆਰਿਆਂ ਦੇ ਵਿੱਚ ਅਸੀਂ ਵੀ ਬਹੁਤ ਗੁਰਦੁਆਰੇ ਬਣਾਏ ਆ ਸਾਡੇ ਗੁਰਦੁਆਰਿਆਂ ਵਿੱਚ ਕੋਈ ਆਮਦਨ ਦਾ ਜ਼ਰੀਆ ਨਹੀਂ ਕੋਈ ਗੋਲਕ ਨਹੀਂ ਕੋਈ ਚੜ੍ਹਾਵਾ ਨਹੀਂ ਕੋਈ ਮਾਇਆ ਨਹੀਂ ਉੱਥੇ ਕੋਈ ਠਹਿਰਦਾ ਹੀ ਨਹੀਂ ਅਸੀਂ ਕਮੇਟੀ ਬਣਾਉਣੀ ਆ ਪਰ ਉਹ ਠਹਿਰਦੇ ਨਹੀਂ ਬਾਬਾ ਜੀ ਕਹਿੰਦੇ ਸੀ ਜਿੱਥੇ ਮਾਸ ਦੀ ਬੋਟੀ ਉੱਥੇ ਹੀ ਗਿਰ ਜਾਏਗੀ ਇਲ ਅਤੇ ਨਾਮ ਜਪਣ ਦੇ ਕੇਂਦਰ ਬਣਾਓ ਮਹਾਂਪੁਰਸ਼ ਕਹਿੰਦੇ ਸੀ ਬੰਦਗੀ ਵਾਲੇ ਸਿਮਰਨ ਵਾਲੇ ਹਉਮੈ ਦੇ ਨਾ ਬਣਾਓ ਤੁਹਾਨੂੰ ਬੜਾ ਰਸ ਆਏਗਾ ਬੜਾ ਆਨੰਦ ਆਏਗਾ ਮਨ ਜੁੜੇਗਾ ਨਿਤਨੇਮ ਦੇ ਸਿਮਰਨ 'ਚ ਗੁਰੂ ਘਰ 'ਚ ਕਦੀ ਵੀ ਕੁਝ ਬਣ ਕੇ ਨਹੀਂ ਵੀ ਸਾਡਾ ਉੱਥੇ ਹੁਕਮ ਚੱਲ ਇੱਧਰ ਆ ਕਰ ਤੂੰ ਕੀ ਕੀਤਾ ਇੱਥੇ ਤਾਂ ਆਪਦੇ ਗੁਣਾਂ ਵੇਖਣੇ ਦੂਜਿਆਂ ਦੇ ਨਹੀਂ ਦੇਖਣੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਮਨਾਂ ਦੀਆਂ ਹਉਮੈ ਤਿਆਗ ਦਿਓ ਅਤੇ ਗੁਰੂ ਸਾਹਿਬ ਦੇ ਚਰਨਾਂ 'ਚ ਅੱਜ ਗੁਰੂ ਮਹਾਰਾਜ ਦਾ ਅਵਤਾਰ ਪੁਰਬ ਹੈ ਆਪਾਂ ਭੇਟਾ ਦੇਣੀ ਹੈ ਭੇਟਾ ਇਹੀ ਦੇ ਦਿਓ ਬਾਬਾ ਜੀ ਮੈਨੂੰ ਆਪਦਾ ਗੋਲਾ ਬਣਾ ਲਓ ਆਪਦੇ ਲੇਖੇ ਲਾ ਲਓ ਇਹ ਜਨਮ ਤੁਮਾਰੇ ਲੇਖੇ ਆਪਦਾ ਦਾਸ ਸੇਵਾਦਾਰ ਬਣਾ ਲਓ ਕਿਸੇ ਦਾ ਵੀ ਮੇਰੇ ਤੋਂ ਮਨ ਨਾ ਦੁਖੇ ਹਰ ਇੱਕ ਦੇ ਚਰਨ ਝਾੜਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਵੇ ਦਾਸਾ ਭਾਵ ਬਖਸ਼ਿਓ ਗਰੀਬੀ ਬਖਸ਼ਿਓ ਅੱਜ ਦੇ ਦਿਨ ਜੇ ਤੁਸੀਂ ਪ੍ਰਸੰਨ ਜੇ ਅੱਜ ਗੁਰੂ ਸਾਹਿਬ ਪ੍ਰਸੰਨ ਹੈ ਨਾ ਇੱਕ ਵਾਰੀ ਬਾਬਾ ਆਨੰਦ ਸਿੰਘ ਮਹਾਰਾਜ ਅਤੇ ਗੁਰੂ ਨਾਨਕ ਦੇਵ ਜੀ ਪ੍ਰਸੰਨ ਹੋ ਗਏ ਪ੍ਰਗਟ ਹੋ ਗਏ ਕਹਿਣ ਲੱਗੇ ਮੰਗੋ ਰਿਸ਼ੀ ਜੀ ਕੁਝ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਜੀ ਮੈਨੂੰ ਮੰਗਣਾ ਨਹੀਂ ਆਉਂਦਾ ਮੈਂ ਕਿਹਾ ਮੰਗੂ ਕਿ ਸਥਿਰ ਨਾ ਰਹਾਈ ਕੋਈ ਰਹਿਣ ਵਾਲੀ ਚੀਜ਼ ਨਹੀਂ ਮੈਂ ਮੰਗਾ ਕੀ
ਬਾਬਾ ਜੀ ਨੇ ਕਿਹਾ ਜੀ ਮੈਨੂੰ ਮੰਗਣਾ ਨਹੀਂ ਆਉਂਦਾ। ਕਹਿਣ ਲੱਗੇ ਦੂਸਰਾ ਬਚਨ ਸਮਾਂ ਹੁਣ ਵੀ ਮੰਗ ਲਓ, ਸਮਾਂ ਨਿਕਲ ਜਾਂਦਾ। ਗਰੀਬ ਨਿਵਾਜ ਮੰਗਣਾ ਨਹੀਂ ਕੋਈ ਆਉਂਦਾ। ਮੇਰੀ ਬੁੱਧ ਥੋੜ੍ਹੀ ਹੈ, ਮੱਤ ਥੋੜ੍ਹੀ ਹੈ, ਮੈਂ ਕੀ ਮੰਗਾਂ ਆਪ ਜੀ ਤੋਂ। ਤੀਸਰੀ ਵਾਰੀ ਫਿਰ ਵੀ ਸਮਾਂ ਨਿਕਲ ਜਾਏਗਾ। ਇਹ ਤੀਸਰਾ ਬਚਨ ਕਰ ਰਹੇ ਬਾਬਾ ਜੀ ਫਿਰ ਚਰਨਾਂ 'ਤੇ ਟੈ ਪਏ ਅਤੇ ਅਰਜ ਕੀਤੀ ਜੀ ਗਰੀਬ ਨਿਵਾਜ ਜੇ ਤੁਸੀਂ ਬਹੁਤ ਪ੍ਰਸੰਨ ਜੇ, ਤੁਸੀਂ ਆਪਣੀ ਰਜ਼ਾ ਵਿੱਚ ਕੋਈ ਦੇਣਾ ਚਾਹੁੰਦੇ ਜੇ, ਪ੍ਰਸੰਨਤਾ ਵਿੱਚ ਜੇ, ਤਾਂ ਮੈਨੂੰ ਆਪਦਾ ਕਰ ਲਵੋ, ਆਪਣਾ ਬਣਾ ਲਓ, ਆਪਣਾ ਬਣਾ ਲਓ ਗੋਲਾ ਧੰਨ ਗੁਰੂ ਨਾਨਕ ਜੀ, ਮੈਨੂੰ ਆਪਣਾ ਬਣਾ ਲਓ। ਗੁਰੂ ਨਾਨਕ ਸਾਹਿਬ ਇਸ ਗੱਲ 'ਤੇ ਬੜੇ ਪ੍ਰਸੰਨ ਹੋਏ, ਹੱਸ ਪਏ, ਖਿੜ ਖਿੜ ਕੇ ਮੁਸਕਰਾਏ, ਕਹਿਣ ਲੱਗੇ ਵਾਹ ਬਾਈ। ਕਹਿੰਦਾ ਮੰਗਣਾ ਨਹੀਂ ਆਉਂਦਾ, ਕਹਿੰਦੇ ਕਹਿ ਰਿਹਾ ਮੰਗਣਾ ਨਹੀਂ ਆਉਂਦਾ, ਅਤੇ ਮੰਗ ਸਾਰਾ ਕੁਝ ਲਿਆ, ਸਭ ਕੁਝ ਲੁੱਟ ਲਿਆ। ਕਹਿੰਦੇ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਤੂੰ ਤਾਂ ਜੱਗ ਲੁੱਟ ਲਿਆ। ਤੂੰ ਕਹਿੰਦਾ ਸੀ ਮੈਨੂੰ ਕੋਈ ਮੰਗਣਾ ਹੀ ਨਹੀਂ ਆਉਂਦਾ, ਜਿਹੜਾ ਮੇਰਾ ਬਣ ਜਾਏਗਾ ਅਤੇ ਜੋ ਕੁਝ ਮੇਰਾ ਏ ਉਹ ਅੰਧਾ ਹੋ ਜਾਏ। ਗੁਰੂ ਨੇ ਕਿਹਾ ਸਿੱਖਾ ਤੂੰ ਕਹਿੰਦੇ ਯੋਗਾ ਏ, ਘਰਦਿਆਂ ਯੋਗਾ ਏ, ਪਰਿਵਾਰ ਪਤਨੀ ਯੋਗਾ ਨਹੀਂ ਜੀ। ਗੁਰੂ ਜੀ ਮੈਂ ਤੁਹਾਡੇ ਯੋਗਾ। ਕਲਗੀਧਰ ਪਾਤਸ਼ਾਹ ਪ੍ਰਸੰਨ ਹੋ ਗਏ ਕਿ ਜੇ ਤੂੰ ਜੋਗਿਆ ਸਾਡੇ ਯੋਗਾ ਹੋ ਗਿਆ ਏ ਤਾਂ ਮੈਂ ਫਿਰ ਤੇਰੇ ਯੋਗਾ ਹੋ ਗਿਆ। ਸਾਹਿਬਾਂ ਨੇ ਬਚਨ ਕਰਤੇ, ਫਿਰ ਬਹੁਤ ਲਾਜ ਰੱਖੀ ਹੁੰਦੀ, ਹਰ ਥਾਂ 'ਤੇ ਰੱਖੀ, ਹਰ ਔਖੀ ਘਾਟੀ 'ਤੇ ਰੱਖੀ। ਮਨਾਂ ਦੀਆਂ ਮੈਂ ਤੂੰ ਮਿਟਾ ਦਿਓ, ਮੇਰੀਆਂ ਤੇਰੀਆਂ ਛੱਡ ਦਿਓ। ਗੁਰੂ ਨਾਨਕ ਦਾ ਘਰ ਕਰਨਹਾਰ ਨੇ, ਉਹ ਕਰਨਹਾਰ ਨੇ ਅਤੇ ਤੂੰ ਕਰਨਹਾਰ ਬਣਿਆ ਬੈਠਾ, ਇਹ ਕਿੱਡੀ ਵੱਡੀ ਗਲਤੀ ਹੈ। ਜਦ ਤੂੰ ਪ੍ਰਬੰਧ ਕੇ ਤੂੰ ਕਰਾ ਰਿਹਾ ਹੈ, ਇੱਧਰ ਉੱਧਰ ਕੰਧਾ ਖੁੰਧਾ ਸੀਮੈਂਟ ਕੰਮ ਸੇਵਾਦਾਰਾਂ ਤੋਂ ਗ੍ਰੰਥੀਆਂ ਤੋਂ, ਸੇਵਾਦਾਰ ਬਣ ਕੇ, ਦਾਸ ਬਣ ਕੇ ਅਸੀਂ ਕਹਿੰਦੇ ਬਣੋ, ਬਚੋ ਕਲੇਸ਼ ਤੋਂ, ਬਚੋ ਦੁਬਿਧਾ ਤੋਂ। ਇੱਕ ਗੁਰਮੁਖ ਪਿਆਰਾ ਸੀ ਹਜੂ ਚਾਵਲਾ ਸਾਹਿਬ ਮਦਰਾਸ ਦੀ, ਬੜੀ ਸੇਵਾ ਕਰਨੀ, ਉਹਨਾਂ ਨੇ ਸਾਨੂੰ ਲੈ ਕੇ ਜਾਣਾ ਸਟੇਸ਼ਨ ਤੋਂ, ਘਰੇ ਰੱਖਣਾ, ਸਾਰੀਆਂ ਸੇਵਾ ਕਰਨੀ, ਸਾਰੇ ਰਾਗੀ ਸਿੰਘਾਂ ਦੀ, ਸਭ ਸੰਗਤਾਂ ਦੀ, ਸਾਰੀ ਸੰਗਤ ਦੀ ਨਿਗਾਹ 'ਚ ਆ ਗਏ। ਸੰਗਤ ਕਹਿੰਦੀ ਵੀ ਦੂਜੇ ਪ੍ਰਧਾਨ ਤਾਂ ਲੜਦੇ ਫਿਰਦੇ ਆ, ਕਮੇਟੀਆਂ ਮੈਂਬਰ ਜਿੰਨੇ ਨੇ ਆਪਣੇ ਸੈਕਟਰੀ ਵਗੈਰਾ ਸਾਰੇ, ਚਾਵਲਾ ਸਾਹਿਬ ਨੂੰ ਪ੍ਰਧਾਨ ਬਣਾਓ। ਮੈਂ ਕਿਹਾ ਚਾਵਲਾ ਸਾਹਿਬ ਨਾ ਬਣਿਓ, ਚੰਗਾ ਹੈ, ਸੇਵਾ ਹੀ ਚੰਗੀ ਹੁੰਦੀ ਹੈ। ਇਹ ਜਿਹੜੀ ਪ੍ਰਬੰਧਕੀ ਨੇ ਇਹਨੂੰ ਗੁਰੂ ਸਾਹਿਬ ਨੇ ਕਾਲਕ ਦੱਸਿਆ ਵੀ ਕਾਲਕ ਹੈ, ਇਹਦਾ ਕਾਲਖ ਹੀ ਲਾਉਣੀ ਮੂੰਹ 'ਤੇ। ਕਿਸੇ ਨੇ ਕਹਿਣਾ ਖਾ ਗਿਆ, ਕਿਸੇ ਨੇ ਕਹਿਣਾ ਲੈ ਗਿਆ, ਕਿਸੇ ਨੇ ਕਹਿਣਾ ਆਹ ਕਰਤਾ ਉਹ ਕਰਤਾ। ਖੁਸ਼ੀ ਮਿਲਣੀ ਨਹੀਂ ਸੰਗਤ ਵਿੱਚ। ਤੁਹਾਨੂੰ ਸੇਵਾ ਬੜੀ ਵਧੀਆ ਸੋਭਦੀ, ਪਰ ਜੇ ਤੁਸੀਂ ਬਣ ਗਏ ਪ੍ਰਧਾਨ ਫਿਰ ਤੁਸੀਂ ਲੰਗਰ 'ਚ ਵੀ ਸੰਕੋਚ ਕਰਨਾ ਵੀ ਹੁਣ ਮੈਂ ਸੇਵਾਦਾਰ ਵਾਲੇ ਕੰਮ ਕਰਾਂ। ਨਹੀਂ ਜੀ, ਮੈਂ ਕਰਾਂਗਾ ਸੇਵਾ, ਮੈਂ ਪੂਰੀ ਕਰਾਂਗਾ ਸਾਰੀ,
मैं क्या प्रबंधकी ने छड़ा देनी है, ना करो तुसी। न्यारे गुरु साहब कहते जबला खालसा रहे न्यारा तबलग तेज दियो में न्यारे रवो संगत विच परिणाम इधर उधर होवो सब तो न्यारे। गुरु साहब आप ही करन कराउण वाले पर वो नहीं रहे उन्हें फिर संगता ने प्रधान बनाता वा फिर सारा कुछ ढांचा जहा बिगड़ गया। सेवा सुभा जी नहीं करते सी सब कुछ घट गया करते तो रहे नाल बहुत कुछ मैं किया सी पहलों। सब तो पहली प्रबंधकी किन्ने कीती सी अमृतसर दी वो सी मीना कपटी झूठा पिरथी चंद। उतों का प्रबंध पिरथी चंद ने किया गुरु रामदास जी के नाल ते उन्हूं दर्जा मिलिया सी भी झूठा है कपटी है मीना है लाण ते होईयां प्रबंधकियां नूं जिहड़ा कि सानूं दर्जे ही माड़े मिलते आ। पुत भी नहीं लै सकिया सी दर्जा गुरसिखी वाला। एक नवाब कपूर सिंह सी घोड़ियां दी लिद चकदा सी जिन्हों बदोबदी नवाबी देती सी संगतां ने पर उन्हें कहा साध संगत जी मैं तुहाडा बचन मोड़ नहीं सकदा पर मेरी भी मन लो ते मैं सेवा तो मैं लिद चकन की ही करनी मैं अपना गंद लाना है मैं अपनी होमे छड़नी है पर तुहाडा मैं वचन मोड़दा नहीं। उन्हें फिर यही सेवा निभाई जब लग मेरी मेरी करे तब लग आज एक न सरे आपस को जो पढ़ा कहावे तिसे पढ़ाई निकट ना आवे। पढ़ो ये ग्यारहवीं अष्टपदी सारी इन विचारे हो सर्ब की रेन जहाँ का मन होए कौन नानक ताके तुहाडे अंदरों निकल जाएगी बदबो। जे तुसी सुखी बसे मसकीनिया वाली सारी पढ़ के विचार लोगे ना हर चीज़ का हंकार माया का पदार्था का कौड़िया का प्रबंधकी का शोभा का वडियाई का सारा गंद अष्टपदी ग्यारहवीं जिहड़ी बारहवीं ये कढ के मारेगी। पहले इतों ही शुरू किया जिसके अंतर राज बुमाहन सुन नरक पाती हो सुनो तो कुत्ते नरकां च जाण वाले कहिंदे जिहड़ा कहिंदा ज्यों जाने मैं ज्यों बणवंत सो होवत बिष्टा का जंतम जिहड़ा कहिंदा मैं बड़ा ही ज्यों बणवंता जवान हाँ कहिंदे उहदा गंदगी का कीड़ा है। ज्यों जाने मैं ज्यों बणवंत सो होवत बिष्टा का जंतम आपस को कर्म कह मैं बड़ा ही कर्मा वाला गेड़ी कटेगा जन्म मरण दी तन भूम का जो करे गुमान सो मूर्खन दा ज्ञान जेड़ा पैसे दा जमीन दा हंकार करदा अन्ना मूर्खे अज्ञानी ना उनू ज्ञान ना वो सियाणा ना उनू दिसदा है तीन दोष पै गए उंदे ते कर कृपा जिसके हिरदे गरीबी बसावे नानकी हम गए दारे इतने आण के बह बह के रो हंजू सिट इत कदी ना खोटे दिमाग ना सोच भी मैं आ करा देंगा मैं आ कर देंगा मैं आ करना एक भी नहीं होना तेरा कीता होया साहब है बाबा नानक बैठा है ये कोई मूर्तियां वाला मंदिर नहीं है कोई खाली मैं राह भी नहीं बनी हुई भी इतने खड़ के नमाज ही पढ़नी है इतने आ करना इसे तो रब बैठा होया सच्चा पातशाह बैठा होया उनके सामने तो सत बचन जी नानकी हम उतागे सुख पावे धनवंता होए कर गरबावे
ਪੈਸਾ ਉਹ ਹੋਣ ਕੇ ਗਰਭ ਵੀ ਆ ਜਾਂਦਾ ਹੈ। ਭਾਵ ਕਿ ਪ੍ਰਿਥੀ ਚੰਦ ਗੁਰੂ ਰਾਮਦਾਸ ਦੇ ਕੋਲ ਪੂਰੀ ਸੇਵਾ ਕਰਦਾ, ਸੌਣ ਦਾ ਟਾਈਮ ਵੀ ਸਭ ਤੋਂ ਬਾਅਦ 'ਚ, ਉੱਠਣ ਦਾ ਵੀ ਸਭ ਤੋਂ ਅੱਗੇ, ਪਰ ਪੈਂਦਾ ਕਿ ਧਨ ਜਿਹੜਾ ਆ ਰਿਹਾ ਹੈ, ਪਦਾਰਥ ਆ ਰਿਹਾ, ਜੋ ਆ ਰਿਹਾ ਹੈ, ਇਹ ਮੈਂ ਗੁਰੂ ਰਾਮਦਾਸ ਦਾ ਸੰਭਾਲ ਰਿਹਾ, ਸਭ ਸੰਭਾਲ ਕਰ ਰਿਹਾ, ਪਰ ਵੇਖ ਲਓ ਚਲਾ ਕਿੱਥੇ ਗਿਆ। ਇੱਥੋਂ ਤੱਕ ਹੁਕਮ ਹੋ ਗਿਆ ਕਿ ਇਹਨਾਂ ਨਾਲ ਰਿਸ਼ਤਾ ਵੀ ਨਹੀਂ ਕਿਸੇ ਸਿੱਖ ਨੇ ਕਰਨਾ, ਮੀਨਿਆਂ ਨਾਲ ਇਹਨਾਂ ਨਾਲ ਕਿਸੇ ਸਿੱਖ ਨੇ ਵਰਤਣਾ ਨਹੀਂ, ਪ੍ਰਬੰਧ ਇਹਨਾਂ ਕੋਲ ਹੀ ਰਿਹਾ, ਹੁਣ ਵੀ ਇਹਨਾਂ ਕੋਲ ਹੀ, ਹੁਣ ਵੀ ਪ੍ਰਬੰਧਕ ਪ੍ਰਿਥੀ ਚੰਦ ਦੀ ਲਾ ਦੀ। ਇਹ ਗੁਰੂ ਸਾਹਿਬ ਦੇ ਨਾਲ ਹੀ ਆਏ ਸੀ। ਜੇ ਗੁਰੂ ਤੇਗ ਬਹਾਦਰ ਸਾਹਿਬ ਆਏ, ਇਹ ਪ੍ਰਿਥੀ ਚੰਦ ਦੀ ਲਾਦ ਨੇ ਅੰਦਰ ਹੀ ਨਹੀਂ ਵੜਨ ਦਿੱਤਾ ਸੀ। ਉੱਥੇ ਭੁੱਲ ਜਾਂਦਾ ਆਦਮੀ, ਬਹੁਤ ਘੱਟ ਗੁਰਮੁਖ ਆਉਂਦੇ ਵਿੱਚ, ਪ੍ਰਬੰਧਕਾਂ ਵਿੱਚ ਅਤੇ ਕੀ ਜਥੇਦਾਰਾਂ ਵਿੱਚ, ਗ੍ਰੰਥੀਆਂ ਦੇ ਵਿੱਚ ਆਉਂਦੇ ਆ, ਆਉਂਦੇ ਨੇ ਗੁਰਮੁਖ ਪਰ ਘੱਟ ਹੁੰਦੇ ਆ। ਜ਼ਿਆਦਾਤਰ ਜਿਹੜਾ ਹੈ ਹਉਮੈ ਨੁਕਸਾਨ ਕਰਦੀ। ਇਹ ਪ੍ਰਬੰਧਕੀ ਦੀ ਲੋੜ ਵੀ ਬੜੀ ਹੁੰਦੀ ਹੈ, ਪਰ ਕੋਈ ਦਾਸ ਬਣ ਕੇ ਸੇਵਾ ਕਰੇ ਤਾਂ ਲੋੜ ਹੀ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਅਤੇ ਸਾਰੇ ਭਾਈ ਕਹਿਣੇ ਵਿੱਚ ਰਹਿ ਕੇ ਆਗਿਆ 'ਚ ਸਾਰੀ ਸੰਗਤ ਆਈ ਹੈ, ਗੀਤਾ ਕਲੋਨੀ ਦੀ ਵੀ ਗੁਰਦੁਆਰਾ ਸੰਭਾਲੋ ਬਾਬਾ ਜੀ। ਸੰਤ ਢੰਡਰੀਆਂ ਵਾਲਿਆਂ ਕੋਲ ਮੈਂ ਗਿਆ, ਉਹ ਕਹਿਣ ਲੱਗੇ ਜੀ ਮੈਨੂੰ ਆ ਜਿਹੜੇ ਪਹਿਲੇ 2-2.5 ਕਿੱਲੇ ਆ ਨਾ, ਇੱਥੋਂ ਦੀ ਸੰਗਤ ਨੇ ਦਿੱਤੇ। ਮੈਂ ਕਿਹਾ ਮਹਾਰਾਜ, ਸੰਗਤ ਨੇ ਤੁਹਾਨੂੰ 2-2.5 ਕਿੱਲੇ ਦਿੱਤੇ ਨਹੀਂ, ਉਹਨਾਂ ਨੇ ਬਾਬਾ ਲੁੱਟ ਲਿਆ, ਉਹਨਾਂ ਤੁਹਾਨੂੰ ਕਿੱਲੇ ਦਿੱਤੇ ਨਹੀਂ, ਉਹਨਾਂ ਨੇ ਬਾਬਾ ਲੁੱਟ ਲਿਆ ਹੈ, ਤੁਸੀਂ ਹੁਣ ਲਿਆ ਲਿਆ ਇੱਥੇ ਹੀ ਲਾਈ ਜਾਂਦੇ ਜੀ ਸਾਰੇ। ਦੁਨੀਆ ਲੁੱਟਦੀ ਹੈ ਅਤੇ ਸੰਤ ਲੁਟਾਉਂਦੇ ਵੀ। ਉਹਨਾਂ ਨੂੰ ਹੁਕਮ ਹੈ, ਸਾਡੇ ਗੁਰੂ ਜੀ ਕਹਿੰਦੇ ਸੀ ਜਿਹੜੇ ਲੁਟਾਉਂਦੇ ਆ ਉਹ ਹੀ ਲੁੱਟਦੇ ਆ, ਜਿਹੜੇ ਲੁੱਟਦੇ ਨੇ ਉਹ ਲੁੱਟੇ ਜਾਂਦੇ ਆ। ਇੱਥੇ ਤਾਂ ਸਭ ਕੁਝ ਲੁਟਾਉਣਾ ਹੈ ਸੰਗਤ 'ਚ। ਗਰੀਬ ਬਣ ਕੇ ਕਹਿੰਦੇ ਇਸ ਦਰ 'ਤੇ ਜੇ ਆਉਣਾ ਹੀ ਨਾ, ਫਿਰ ਨੀਚੋ ਨੀਚ ਨੀਚ ਅਤ ਨਾ ਹੋਏ ਗਰੀਬ ਬੁਲਾਵੋ। ਇੱਥੇ ਆਣ ਕੇ ਬਹੁਤ ਨੀਵੇਂ 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 ਹੋ ਕੇ, ਤੂੰ ਥੋੜ੍ਹਾ ਜਿਹਾ ਹੋ ਕੇ ਵੇਖ ਸੰਗਤ 'ਚ, ਤੂੰ ਉੱਚਾ ਹੋ ਇਹਨਾਂ ਦੇ ਵੇਖਦਾ ਵੀ ਬਾਬਾ ਨਾਨਕ ਮੈਨੂੰ ਇੱਧਰੋਂ ਉੱਧਰੋਂ ਮਿਲੇਗਾ। ਅਤੇ ਬਾਬੇ ਨਾਨਕ ਨੇ ਪਹਿਲੋਂ ਹੀ ਸਾਰਿਆਂ ਨੂੰ ਭੁਲੇਖਾ ਪਾਇਆ ਹੋਇਆ ਵੀ ਬਾਬਾ ਨਾਨਕ ਤਾਂ ਹੈ। ਬਾਬਾ ਨਾਨਕ ਉਹ ਜੀ ਕਹਿੰਦੇ ਨੇ ਮੈਂ ਹੈਗਾ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਣ ਤਿੱਥੇ ਨਦਰ ਤੇਰੀ ਬਖਸ਼ੀਸ਼। ਜੇ ਮੈਨੂੰ ਵੇਖਣਾ ਨਾ ਸੰਗਤ ਵਿੱਚ ਜਿਹੜੇ ਬਹੁਤ ਨੀਵੇਂ ਨੀਵੇਂ ਬਾਬਾ ਨਾਨਕ ਸਿੰਘ ਵਾਂਗੂ ਟੋਇਆ ਪੱਟ ਕੇ ਬੈਠਿਆ ਕਿ ਮੈਂ ਰਾਗੀਆਂ ਦੀ ਵੀ ਬਰਾਬਰੀ ਨਾ ਕਰਾਂ, ਮੈਂ ਸੰਗਤ ਦੀ ਬਰਾਬਰੀ ਵੀ ਨਾ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਵੀ ਨਾ ਕਰਾਂ, ਅਤੇ ਨੀਵੇਂ ਹੋ ਕੇ
ਨਿਮਾਣੇ ਹੋ ਕੇ ਗੁਰੂ ਨਾਨਕ ਸਾਹਿਬ ਜੀ ਅੱਗੇ ਬੈਠੇ ਆ ਧਿਆਨ ਲਾ ਕੇ, ਕਹਿੰਦੇ ਉਹ ਉੱਥੇ ਇੱਥੇ ਬੈਠਦਾ ਬਾਬਾ ਨਾਨਕ ਨੀਵਿਆਂ ਦੇ ਵਿੱਚ, ਜੇ ਲੱਭਣਾ ਜੇ ਨਿਮਾਣਿਆਂ 'ਚ ਲੱਭ ਲਿਓ ਰੱਬ ਨੂੰ, ਜਿਹੜੇ ਕਹਿਤੇ ਹੋ ਕਹਿਤ ਸੁਣੀ ਰਹਿਤ ਕੋਈ ਖੁਸ਼ੀ ਨਾ ਆਇਓ, ਉਹਨਾਂ ਤੋਂ ਨਹੀਂ ਲੱਭਣਾ, ਨੀਵਿਆਂ ਵਿੱਚੋਂ ਰੱਬ ਨੂੰ ਲੱਭ ਲਿਓ ਨਿਮਾਣਿਆਂ 'ਚ। ਜਿਨ੍ਹਾਂ ਦੇ ਅੰਦਰ ਬੋ ਨਾ ਆਵੇ, ਬਦਬੂ ਨਾ ਆਵੇ, ਹਰ ਚੀਜ਼ ਦੀ ਬਦਬੋ ਮਾੜੀ, ਵਸਤੂ ਨਹੀਂ ਮਾੜੀ, ਉਹਦੀ ਬਦਬੋ ਬਹੁਤ ਮਾੜੀ। ਬਦਬੋ ਨਹੀਂ ਆਉਣੀ ਚਾਹੀਦੀ ਤੁਹਾਡੇ ਸੇਵਾ ਵਿੱਚ, ਸਿਮਰਨ 'ਚ, ਨਾਮ ਜਪਣ 'ਚ, ਦਾਸ ਬਣ ਕੇ ਸਭ ਵਿੱਚ ਪਿਆਰ ਵੱਧਦਾ ਹੈ। ਇੱਕ ਦੂਜੇ ਨੂੰ ਮਾਣ ਦਿਓ ਗੁਰਮੁਖਾਂ ਨੂੰ, ਚੱਲ ਜੀ ਚੱਲੋ ਜੀ, ਤੁਸੀਂ ਉਹਨਾਂ ਦੇ ਕਹਿ 'ਤੇ ਕਮਾਓ ਘਰ, ਨੀਵਿਆਂ ਦਾ ਘਰ ਬਣ ਜਾਓ, ਕੀਰਤਨ ਕਰੋ, ਸੇਵਾ ਕਰੋ ਗੁਰੂ ਸਾਹਿਬ ਦੀ। ਕਹਿੰਦੇ ਚਿੱਚੜ ਚੰਬੜਿਆ ਹੀ ਰਹਿੰਦਾ ਲਹੂ ਪੀਣ, ਥਣਾਂ ਨੂੰ ਤਾਂ ਧਾਰ ਕੱਢਣ ਵਾਲਾ ਆਉਂਦਾ ਏ, ਥਾਪੀ ਮਾਰਦਾ ਏ, ਬਾਲਟੀ ਭਰ ਕੇ ਲੈ ਜਾਂਦਾ, ਜੋ ਆਨੰਦ ਉਹ ਕਰਦਾ ਫਿਰਦਾ। ਚਿੱਚੜ ਵਾਂਗੂ ਨਹੀਂ ਚੰਬੜਨਾ, ਦੁੱਧ ਪੀਣ ਵਾਲੇ ਬਣਨਾ ਹੈ, ਅੰਮ੍ਰਿਤ ਪੀਣ ਵਾਲੇ। ਅੰਮ੍ਰਿਤ ਆਓ ਗੁਰੂ ਸਾਹਿਬ ਤੋਂ, ਅੰਮ੍ਰਿਤ ਲੈ ਜਾਓ, ਅੰਮ੍ਰਿਤ ਪੀਵੋ, ਸਦਾ ਚਿਰ ਜੀਵੋ। ਅੱਜ ਗੁਰੂ ਨਾਨਕ ਸਾਹਿਬ ਦੇ ਅਵਤਾਰ ਪੁਰਬ 'ਤੇ ਸਾਰੇ ਗੁਰੂ ਨਾਨਕ ਸਾਹਿਬ ਅੱਗੇ ਅਰਜ ਕਰੀਏ ਕਿ ਜੇ ਤੁਸੀਂ ਬਹੁਤ ਪ੍ਰਸੰਨ ਜੇ ਨਾ, ਅਸੀਂ ਇਹ ਨਹੀਂ ਕਹਿੰਦੇ ਸਾਨੂੰ ਚੰਗੇ ਬਣਾ ਲਓ, ਅਸੀਂ ਬੜੇ ਭਗਤ ਬਣ ਜਾਈਏ, ਅਸੀਂ ਬੜੀ ਸੋਭਾ ਸਾਰੀ ਹੋਣ ਲੱਗ ਜਾਈਏ, ਨਹੀਂ ਕੱਖ ਨਹੀਂ ਚਾਹੁੰਦੇ ਅਸੀਂ। ਅਸੀਂ ਇਹੀ ਚਾਹੁੰਦੇ ਹਾਂ ਕਿ ਭਾਵੇਂ ਮਾੜੇ ਹਾਂ ਭਾਵੇਂ ਚੰਗੇ ਹਾਂ, ਗੁਰੂ ਨਾਨਕ ਜੀ ਤੇਰੇ ਹਾਂ, ਸਾਨੂੰ ਮਾੜੇ ਚੰਗਿਆਂ ਨੂੰ ਆਪਦਾ ਬਣਾ ਲਓ, ਸੇਵਾ ਲਾ ਲਓ, ਸਾਡੇ ਹੌਲੀ ਹੌਲੀ ਅੰਦਰੋਂ ਜਿਹੜੇ ਔਗਣ ਨੇ ਉਹ ਮਹਾਰਾਜ ਆਪ ਕੱਢੀ ਜਾਇਓ, ਸਮਤ ਬਖਸ਼ੀ ਜਾਇਓ। ਅੱਜ ਦੇ ਦਿਨ ਜੇ ਪ੍ਰਸੰਨ ਜੇ ਮੇਰੇ ਗੁਣ ਔਗਣ ਨਾ ਦੇਖੋ, ਮੇਰਾ ਦੇ ਘਰ ਵਿੱਚ ਆਏ ਜੇ ਅਤੇ ਮੈਨੂੰ ਆਪਣਾ ਬਣਾ ਲਵੋ। ਜਿਹੜਾ ਪੁੱਤ ਆਪਣਾ ਹੁੰਦਾ ਹੈ ਉਹਦੇ ਮਾਂ ਪਿਓ ਗੁਣ ਔਗਣ ਨਹੀਂ ਚਿਤਾਰਦੇ, ਪੜ੍ਹ ਦੋ ਬੱਚਿਆਂ ਦੇ ਔਗਣ ਜਿਵੇਂ ਮਾਂ ਨਹੀਂ ਚਿਤਾਰਦੀ, ਤਿਵੇਂ ਸਾਡੇ ਔਗਣ ਨਾ ਚਿਤਾਰੀ ਮਾਲਕ। ਸੇਵਾ ਜੀ ਰੱਖੋ, ਸਾਨੂੰ ਲਾਈ ਰੱਖੋ, ਬਹੁਤ ਸੇਵਾ ਲੈਣਗੇ ਗੁਰੂ ਸਾਹਿਬ, ਸੇਵਾਦਾਰ ਬਣ ਕੇ ਵੇਖੋ। ਗੁਰੂ ਘਰ 'ਚ ਮਰਿਆਦਾ ਹੈ ਸੇਵਾਦਾਰ ਬਣਨ ਦੀ, ਬਾਕੀ ਮਰਿਆਦਾ ਹੈ ਹੀ ਨਹੀਂ, ਇਹ ਸਾਡੀਆਂ ਬਣਾਈਆਂ ਹੋਈਆਂ। ਉਹ ਕਹਿੰਦੇ ਮੈਂ ਕਿਹਾ ਜੀ ਤੁਸੀਂ, ਤੁਹਾਡੀ ਦੌੜ ਪਤਾ ਕਿੱਥੋਂ ਤੱਕ ਹੈ? ਤੁਸੀਂ ਕਹਿਣਾ ਵੀ ਜਲਦੀ ਜਲਦੀ ਅਸੀਂ ਇੱਥੇ ਅੰਮ੍ਰਿਤਸਰ ਕਮੇਟੀ 'ਚ ਲੱਗ ਜਾਈਏ, ਗ੍ਰੰਥੀ ਬਣ ਜਾਈਏ, ਹੁਣ ਅਸੀਂ ਅਰਦਾਸੀਏ ਬਣ ਜਾਈਏ, ਹੁਣ ਦੂਜੇ ਸਹਾਇਕ ਜਥੇਦਾਰ ਨਾਲ ਬਣ ਜਾਈਏ, ਹੈਡ ਗ੍ਰੰਥੀ ਬਣ ਜਾਈਏ, ਜੇ ਬਣ ਜਾਈਏ। ਤੁਹਾਡੀ ਇੱਥੋਂ ਤੱਕ ਦੌੜ ਹੈ, ਤੁਸੀਂ ਵੱਧ ਤੋਂ ਵੱਧ ਹੈਡ ਗ੍ਰੰਥੀ ਬਣ ਜਾਓਗੇ, ਕਿਸੇ ਤਖ਼ਤ ਦੇ ਜਥੇਦਾਰ ਬਣ ਜਾਓਗੇ, ਪਰ ਇਹ ਪਦਵੀਆਂ ਨਹੀਂ। ਅਤੇ ਇਹ ਤੁਹਾਨੂੰ ਕਮੇਟੀ ਦੇਵੇਗੀ ਵੀ ਅਤੇ ਲੈ ਵੀ ਲਏਗੀ, ਇਹ ਪ੍ਰਬੰਧਕੀਆਂ ਮਿਲਣਗੀਆਂ ਮਿਲਣਗੀਆਂ ਵੀ ਅਤੇ ਚਲੀਆਂ ਵੀ ਜਾਣਗੀਆਂ। ਸਾਧੂ ਸੰਤ ਮਹਾਂਪੁਰਸ਼ ਪਦਵੀ ਨਹੀਂ ਲੈਂਦੇ, ਉਹ ਲੈਂਦੇ ਨੇ ਪਰਮ ਪਦਵੀ, ਉਹਨਾਂ ਦੀ ਜਾਂਦੀ ਨਹੀਂ ਪਦਵੀ, ਮਰ ਜਾਣ ਫਿਰ ਵੀ ਨਹੀਂ ਜਾਂਦੀ, ਇਹਨਾਂ ਦੀਆਂ ਲੁੱਟੀਆਂ ਜਾਂਦੀਆਂ। ਇਹ ਪਦਵੀ ਨੂੰ ਦੌੜਦੇ ਆ ਅਤੇ ਪਦਵੀਆਂ ਰਹਿੰਦੀਆਂ ਨਹੀਂ, ਦੇਣ ਵਾਲੇ ਦੇ ਕੇ ਫਿਰ ਲੈ ਲੈਂਦੇ ਆ। ਮਹਾਂਪੁਰਸ਼ ਪਰਮ ਪਦਵੀ 'ਤੇ ਪਹੁੰਚਦੇ ਆ, ਉਹਨਾਂ ਦੀ ਸਦਾ ਹੀ ਸਤਿਕਾਰ ਉਹਨਾਂ ਦੀ ਬਣੀ, ਸੰਗਤ ਦੇ ਵਿੱਚ ਸੋਭਾ ਬਣੀ ਰਹਿੰਦੀ, ਮਰਿਆਂ ਤੋਂ ਵੀ ਨਹੀਂ ਕੱਢਦੀ। ਕਈ ਬੜੇ ਲੋਕ ਵਿਚਾਰ ਕਰਦੇ ਹੁੰਦੇ ਆ ਜੀ
जे सारा कोई पुत्रां नूं दे रही है ना बच्चे फिर पुछदे नहीं कोई ना कोई खड़का दड़का जे कहिंदे बुढ़े नूं रखना चाहिए हाथ च फिर पुत धीआं नूंहां सारे पुछदे कहिंदे जे थोड़ी बहुती माया छणकदी रहे ना फिर नूंहां भी पानी चाह पानी रोटी पानी पुछदियां नहीं तो पुछदियां नहीं एक गल चलती है कि बाप दे कोल कोई पैसा हैगा तो रोटी पानी पूछी जाती पर मेरा सवाल इस दे उल्ट कि प्यो कोल जायदाद है प्यो कोल ताने ते कहिंदे तां नूंहां धीआं पुत्र परिवार पुछदा है ते मां कोल की मां क्यों पूजी जाती है मां क्यों पूजी जाती मां कोल तां जायदाद भी नहीं कोई धीआं पुत्रां नूं देण वास्ते कोई छणकदी माया भी नहीं भी मैं इहनूं दे देंगा इहनूं पर मां क्यों पूजी जाती है बाप नूं हैगा कि मेरी पूजा नहीं मेरा सत्कार नहीं रहेगा मैनूं मन्नणगे नहीं पुछणगे नहीं जिहड़े माया ते खड़दे आ ना उहनां नूं कदी भी नहीं कोई पुछदा ते जिहड़े ममता दे मोह ते प्यार ते खड़े हुंदे आ उहनां दी सदा ही पूजा मां कोल ममता है ਉਹ ਧੀਆਂ ਪੁੱਤਰਾਂ ਨੂੰ ਬੱਚਿਆਂ ਨੂੰ ਪਿਆਰ ਹੀ ਇੰਨਾ ਦਿੰਦੀ ਹੈ ਕਿ ਉਹਨਾਂ ਨੂੰ ਭੁੱਖ ਰਹਿੰਦੀ ਹੈ ਸਾਨੂੰ ਮਾਂ ਦਾ ਪਿਆਰ ਮਿਲਦਾ ਹੀ ਰਹੇ ਇਸੇ ਤਰ੍ਹਾਂ ਹੀ ਬਾਪ ਆਪਣਾ ਪਿਆਰ ਵੰਡੋ ਸਾਡੇ ਪਿਤਾ ਜੀ ਨੇ ਫੈਸਲਾ ਕਰ ਲਿਆ ਉਹਦਾ ਸਾਥੀ ਕਹਿਣ ਲੱਗੇ ਵੀ ਸਰਪੰਚਾਂ ਐਵੇਂ ਨਾ ਦੇ ਸਾਰਾ ਕੁਝ ਪੁੱਤਰਾਂ ਨੂੰ ਕਹਿੰਦਾ ਨਹੀਂ ਮੈਂ ਮਨ ਬਣਾ ਲਿਆ ਕਿ ਮੈਂ ਸਾਰੀ ਜਾਇਦਾਦ ਬੱਚਿਆਂ ਨੂੰ ਦੇ ਦੇਣੀ ਹੈ ਕਹਿੰਦੇ ਥੋੜ੍ਹੀ ਬਹੁਤੀ ਰੱਖ ਲਾ ਕਹਿੰਦਾ ਸਾਰੀ ਉਮਰ ਇੰਨੇ ਇੰਨੇ ਕਿੱਲੇ ਇੰਨੀਆਂ ਇੰਨੀਆਂ ਸਰਪੰਚੀਆਂ ਇੰਨੀ ਇੰਨੀ ਸੋਭਾ ਕੱਟੀ ਹੈ ਇਹ ਸਰੀਰ ਨਹੀਂ ਰੱਜਿਆ ਕੋਈ ਨਹੀਂ ਇਹਨੂੰ ਥੋੜ੍ਹੀਆਂ ਜੁੱਤੀਆਂ ਵੀ ਪੈ ਲੈਂਦੇ ਹੋ ਮੈਂ ਸਾਰਾ ਕੋਈ ਪੁੱਤਰਾਂ ਨੂੰ ਦੇ ਦੇਣਾ ਮੈਨੂੰ ਪੁੱਤਰ ਜੋ ਮਰਜ਼ੀ ਕਰਨ ਜੋ ਮਰਜ਼ੀ ਧਰਕਾਰਨ ਜਿਵੇਂ ਮਰਜ਼ੀ ਅੱਖ ਨਾਲ ਦੇਖਣ ਪਰ ਮੈਂ ਸਾਰਾ ਕੁਝ ਦੇ ਦੇਣਾ ਮੈਨੂੰ ਗੁਰੂ ਤੋਂ ਸਿੱਖਿਆ ਮਿਲ ਗਈ ਉਹਨਾਂ ਸਾਨੂੰ ਸਾਰਿਆਂ ਨੂੰ ਮੇਰਾ ਵੀ ਹਿੱਸਾ ਵਿੱਚ ਸੀ ਕੋਈ ਚੀਜ਼ ਨਹੀਂ ਉਹਨਾਂ ਰੱਖੀ ਘਰ ਸੀ ਗੱਡੀ ਟਰੈਕਟਰ ਟੁੱਟ ਜੇ ਸੀ ਹੋਰ ਮਾਲ ਡੰਗਰ ਹੁੰਦਾ ਪਸ਼ੂ ਹੋਰ ਜ਼ਮੀਨਾਂ ਹੁੰਦੀਆਂ ਸਾਰਾ ਕੁਝ ਛੱਡ ਕੇ ਇੰਨੇ ਸਿਆਣੇ ਸਮਝਦਾਰ ਉਹ ਦਾਨੇ ਸੀ ਬਹੁਤ ਬੜੇ ਸਮਝ ਵਾਲੇ ਸੀ ਸਭ ਦੇ ਫੈਸਲੇ ਕਰਾਉਂਦੇ ਸੀ ਉਹਨਾਂ ਦਾ ਫੈਸਲਾ ਕਦੀ ਵੀ ਇਹ ਨਹੀਂ ਸੀ ਵੀ ਜਿਹੜੀ ਸਭਾ 'ਚ ਜਾ ਕੇ ਬਹਿ ਗਏ ਅਤੇ ਉਹਨਾਂ ਦਾ ਥਾਣਿਆਂ ਕਚਹਿਰੀਆਂ ਤੱਕ ਪਹੁੰਚਣ ਨਹੀਂ ਦਿੰਦੇ ਸੀ ਇਲਾਕੇ ਦੇ ਬੜੇ ਮੰਨੇ ਪਰਮੰਨੇ ਸੀ ਦੋਸ਼ ਹੈਗਾ ਸੀ ਸ਼ਰਾਬ ਪੀਣ ਦਾ ਮਾਸ ਦਾ ਸੇਵਨ ਕਰਨਾ ਸ਼ਰਾਬ ਪੀਣੀ ਇਹ ਦੋਸ਼ ਜ਼ਰੂਰ ਸੀ ਪਰ ਜੀਵਨ ਦੇ ਕ੍ਰਿਕਟ ਦੇ ਬੜੇ ਉੱਚੇ ਸੁੱਚੇ ਸੀ ਖਾਣ ਪੀਣ ਦਾ ਦੋਸ਼ ਹੈਗਾ ਸੀ ਬਾਕੀ ਉਹਨਾਂ ਦੇ ਜੀਵਨ 'ਚ ਦੋਸ਼ ਨਹੀਂ ਸੀ ਉਹਨਾਂ ਸਭ ਕੁਝ ਦੇਤਾ ਜੋ ਸਾਰਾ ਕੋਈ ਛੱਡਦਾ ਨਾ ਅਤੇ ਆਪ ਮਾਲਾ ਲੈ ਕੇ ਸਾਡੇ ਕੋਲ ਆ ਕੇ ਮਾਂ ਬਾਪ ਗੁਰਦੁਆਰੇ ਬਹਿ ਗਏ ਸਾਰੇ ਉਹਨਾਂ ਨੂੰ ਕਹਿੰਦੇ ਸਾਡੇ ਘਰ ਆਓ ਛੇ ਪੁੱਤਰ ਸੀ ਦੋ ਲੜਕੀਆਂ ਸੀ ਸਾਰੇ ਸਤਿਕਾਰ ਦਿੰਦੇ ਆ ਉਹਨਾਂ ਸਤਿਕਾਰ ਵਧਿਆ ਏ ਘਟਿਆ ਨਹੀਂ ਜਿਹੜੇ ਮਾਇਆ ਦੇ ਕੀੜੇ ਬਣ ਕੇ ਘਰ 'ਚ ਬੈਠਦੇ ਆ ਨਾ ਉਹਨਾਂ ਨੂੰ ਹੀ ਬੱਚੇ ਤਰਕਾਰਦੇ ਵੀ ਇਹ ਛੱਡਦਾ ਹੀ ਨਹੀਂ ਪਿਆ ਇਹ ਬੁੜਾ ਛੱਡਦਾ ਹੀ ਨਹੀਂ ਪਿਆ ਮੋਹ ਮਾਇਆ ਗੁਰੂ ਨੂੰ ਫੜ ਲਓ ਤੁਹਾਡਾ ਮਾਣ ਸਨਮਾਨ ਵੱਧ ਜਾਏਗਾ ਜਿਵੇਂ ਮੈਂ ਕਿਹਾ ਵੀ ਬਾਪ ਕਹਿੰਦਾ ਵੀ ਮੇਰੇ ਕੋਲ ਕੁਝ ਹੋਏਗਾ ਤਾਂ ਮੇਰੇ ਪੁੱਤ ਥੱਲੇ ਲੱਗੇ ਰਹਿਣਗੇ ਨੂੰ ਅਤੇ ਮਾਂ ਕੋਲ ਕੀ ਹੈ ਮਾਂ ਦਾ ਵੀ ਸਤਿਕਾਰ ਹੈ ਨਾ ਮਾਂ ਨੂੰ ਵੀ ਮੰਨਦੇ ਆ ਇਹਦਾ ਆਂਢੀ ਗੁਆਂਢੀ ਵੀ ਕਰਨਗੇ ਜੇ ਤੁਸੀਂ ਨਾਮ ਜਪੋਗੇ ਸਿਮਰਨ ਕਰੋਗੇ ਦੂਸਰੇ ਪੁੱਤ ਵੀ ਤੁਹਾਨੂੰ ਪਿਓ ਸਮਾਨ ਮੰਨਣਗੇ ਆਪਦੇ ਕੀ ਦੂਜੇ ਵੀ ਮੰਨਣਗੇ ਇਸੇ ਤਰ੍ਹਾਂ ਹੀ ਉਹਨਾਂ ਦਾ ਬੜਾ ਸਤਿਕਾਰ ਸੀ ਪਰ ਉਹਨਾਂ ਨੇ ਸਭ ਕੁਝ ਦੇ ਦਿੱਤਾ ਬੱਚਿਆਂ ਨੂੰ ਆਪ ਨਾਮ ਸਿਮਰਨ ਅਤੇ ਸੇਵਾ ਜੁੜ ਕੇ ਵੀ ਬੋਝ ਨਹੀਂ ਰੱਖਣਾ ਮਹਾਂਪੁਰਸ਼ ਸਾਧੂ ਸੰਤ ਜਿਹੜੀ ਚੀਜ਼ ਹੁੰਦੀ ਕੱਢ ਕੇ ਮਾਰਦੇ ਆ ਬਾਹਰ ਬਾਬਾ ਅਤਰ ਸਿੰਘ ਜੀ ਮਾਇਆ ਲੈ ਗਏ ਪੱਲੇ ਬਣ ਕੇ
कि रस्ते लोड़ पै जाती फौज नौकरी करते जिनी कु माया सी नाल बन के लै गए कि हुण मैं बंदगी करन चलिया बाजा वाले नूं मिलना है कि कोई खर्चे की लोड़ पै जाती। एक पेड़ दे दरख्त दे मुड़ दे थले ओ माया दब दित्ती आप समाधि ला के बैठते हैं नितनेम सिमरन करते 24 घंटे पर ख्याल आ जाता भी मेरी माया उत्थे दबी हुई तो ख्याल आ जाता भी जे कोई लोड़ पई तो माया ना चीज लै लांगे कहिंदे आ तरसियां भी आ तां कम खराब हो गया तेरी रब ते टेक जावे भी मेरा गुरु गोबिंद सिंह मैनू भेजेगा जिहड़ी लोड़ है गुरु गोबिंद सिंह पूरी करेगा तो तेरी भगती है हुण तेरी टेक है भी जिहड़ी लोड़ हो तेरी वो दरख्त दे मुड़ थले दबी माया पूरी करेगी तू तो गुरु नाल तोड़दी माया। फिर कहिंदे पाठ करदे आ ख्याल जांदा भी माया उत्थे पई है सारी गंढ चक्की ते लिया के नदी च सिट नाम जपन बैठ गए सिमरन करन बह गए कोई अपना रोटी पानी का प्रबंध नहीं ते कलगीधर पातशाह ने उतों के हैड ग्रंथी जेडे पुजारी सन उन्होंने कहा भी एक सिख बैठा है गोदावरी के कंडे ते भुखा पाना है उन्होंने रोटी दे के आओ गुरु नूं फिकर पै गया ना गुरु साहब ते डोरियां रखीए ते गुरु साहब करनगे माया दे डोरियां रखांगे ते टुटांगे गुरु साहब दे रखांगे ते भरोसे च रवांगे भरोसा वधे आपे गुरु साहब सारे कार्ज करी जाणगे देई जाणगे सारियां डोरां गुरु साहब ते सिटो सोई करावे जोत दपावे मोहे सियाणप कछु नावे हम बारक तो सर नाई प्रभापे पैज खाई मेरा मात पिता हर राया कर कृपा प्रत पालन लागा हों करी तेरा कराया प्रभ डोरी हाथ मारे जी जन तेरे तारे जो करावे सो करना नानक दास तेरी शरण। गुरु साहब तो मंगोगे बड़ा आनंद आएगा गुरु साहब नूं कहोगे जी मेरा आ काम सवार दिओ बड़ा रस आएगा तुहानूं जुगत मिल जाएगी गुरु नूं गुरु तो लैण दी ते जे माया दे होर इधर उधर दे भरोसे रखोगे फिर तुहानूं उधर जुगत आ जाएगी भी चक्को कापियां माया कट्ठी कर लो इत्थे बह जाओ कापी लैके जिहड़े सिख होणगे उहनां नूं भी लियाओ भाई कटाओ परची मंगते बन के बह जो तुरे फिर ठूठा फड़ के एडे वे साहब न छड़ के दुनिया अगे ठूठे तू का प्रबंध के तू तो जगत का भुखारी गुरु के नाते लुटन आला हो तू कौन है। बाबा जी कहते गोड़ कमीनी रखनी भाई चख दो ये भी तोड़ती गुरु नाल कुंजी लावांगे लोड़ अनुसार माया लभ जानी गोलक ते भरोसा जाएगा गोलक तो अगे नहीं टप्पेगा जिहड़ा अगे बैठा इत्थे कोई रुक जाएगा दुआर है तेरी भी मैं लंगर चलाउणा है गोलक ते किसे नूं कोई देनी तनखावां गोलक तक ही पहुंची इहनूं चक दे अगे बाबे तक पहुंच जाएगा भी माया देनी उह बैठा है कोई चीज लियानी बैठा है ये तेरिया दुआरा ने असी छोटी सोच दे मालक ते गुरुद्वार भी व्यापार बनाया प्रबंधक व्यापारी केंद्र ग्रंथी व्यापारी कीर्तन आले व्यापारी ते कोई हो दुकानदारी खोल लो कोई दुकानदारी कर लो ये गुरु घर च तू सिर्फ सौदेबाजिया ही देगी ये तो भगती ते नाम सिमरन का केंद्र है इतने तो नाम हाजन वाली रूह आन रागी सिंह कीर्तनीय सिंह पाठ आते हैं साढ़े बाबा जी ने ठाठ बनाया असं भी 11 साल के घर छड़ के आ गए सी
ਹੋਰ ਵੀ ਬੜੇ ਬੜੇ ਸਾਡੇ ਕੋਲ ਆਈ ਜਾਂਦੇ ਆ, ਦੂਜੇ ਵੀ ਹੈਗੇ ਨੇ ਚਲੋ ਜਿਹੜੇ ਕਹਿੰਦੇ ਜੀ ਅਸੀਂ ਮਿਸਤਰੀ ਮਜ਼ਦੂਰ ਜਿਹੜੇ ਲੱਗੇ ਨੇ ਉਹਨਾਂ ਨੂੰ ਮਜ਼ਦੂਰੀ ਮਿਲਦੀ ਹੈ, ਬਾਕੀ ਗੁਰੂ ਸਾਹਿਬ ਸਾਰਾ ਕਾਰਜ ਕਰਨ ਵਾਲੇ ਸਤਿਗੁਰੂ ਆਪ ਨੇ ਅਤੇ ਗੁਰੂ ਸਾਹਿਬ ਦੇ ਨਾਲ ਜੁੜੋ, ਅਰਜ਼ ਕਰੋ ਗੁਰੂ ਸਾਹਿਬ ਅੱਗੇ। ਇੱਕ ਸੰਤ ਸੀ ਉਹਨਾਂ ਦੇ ਨਾਲ 800 ਸਰੀਰ ਸੀ ਫੋਰਨ ਕੰਟਰੀ ਦਾ, ਅਸੀਂ ਹਜ਼ੂਰ ਸਾਹਿਬ ਚਲੇ ਗਏ, ਨਾਨਕ ਝੀਰੇ ਚਲੇ ਗਏ, ਮੈਨੂੰ ਨਾਲ ਲੈ ਗਏ, ਉੱਥੇ ਸੇਵਾ ਚੱਲਦੀ ਸੀ। ਪ੍ਰਬੰਧਕਾਂ ਨੇ ਕਿਹਾ ਵੀ ਸਾਰੀ ਵਿਲਾਇਤੀਏ ਨੇ ਕਮੇਟੀ ਅੱਗੇ ਪਿੱਛੇ ਫਿਰਨ ਲੱਗ ਪਈ, ਕਮਰੇ ਕਮਰੇ ਦਿੱਤੇ, ਸੇਵਾ ਰੋਟੀ ਪਾਣੀ ਛਕਾਏ। ਮਾਇਆ ਦੀ ਪੂਜਾ ਹੁੰਦੀ, ਮਾਇਆ ਕੋ ਮਾਇਆ ਮਿਲੇ ਕਰ ਕਰ ਲੰਬੇ ਹੱਥ, ਤੁਲਸੀਦਾਸ ਗਰੀਬ ਕੀ ਕੋਈ ਨਾ ਪੁੱਛੇ ਬਾਤ। ਉਹਨਾਂ ਨੇ ਵੱਡਾ ਸਾਰਾ ਪ੍ਰੋਗਰਾਮ ਰੱਖ ਲਿਆ ਇੱਕ ਵੀ ਸੰਤਾਂ ਦਾ, ਸਟੇਜ 'ਤੇ ਖਿਲਾਵਾਂਗੇ ਇਹਨਾਂ ਨੂੰ ਤੋਹਫੇ, ਸਰੋਪੇ ਪਾਵਾਂਗੇ, ਨਾਲ ਅਸੀਂ ਰੱਖਾਂਗੇ ਜੀ ਸਾਡੇ ਨਾਨਕ ਝੀਰੇ, ਮਾਇਆ ਦੀ ਬੜੀ ਲੋੜ ਹੈ, ਸਾਡਾ ਸਕੂਲ ਚੱਲਦਾ ਜੀ, ਸਾਡਾ ਕਾਲਜ ਚੱਲਦਾ ਜੀ, ਇੱਥੇ 300 ਸਾਲਾਂ ਆਉਣ ਵਾਲਾ ਜੀ, ਅਸੀਂ ਕਮਰੇ ਬਣਾਉਣੇ ਆ ਜੀ, ਅਸੀਂ ਆਹ ਕਰਨਾ ਜੀ। ਫਿਰ ਗਿਣਤੀਆਂ ਮਿਣਤੀਆਂ ਸ਼ੁਰੂ ਹੋ ਜਾਂਦੀਆਂ, ਸੰਗਤਾਂ ਨੂੰ ਸੁਣਾਉਂਦੇ ਆ ਜੀ ਕਮਰੇ ਬਣਾਉਣੇ ਆ, ਫਲਾਣਾ ਕਰਨਾ ਹੈ, ਵੋ ਕਰਨਾ ਹੈ, ਇਹ ਕਰਨਾ, ਪਰ ਗਲਤ ਕਰਦੇ ਆ। ਅੱਗੇ ਰਿਜ਼ਲਟ ਨਿਕਲੇਗਾ ਇਹਦਾ। ਉਹ ਸੰਤ ਵਿੱਚ ਹੀ ਉੱਠ ਪਏ, ਉਹ ਭੋਗ ਪੈਣ ਤੋਂ ਪਹਿਲਾਂ ਹੀ ਉੱਠ ਪਏ ਅਤੇ ਬਾਹਰ ਆ ਗਏ। ਭੋਗ ਪਏ ਅਤੇ ਪ੍ਰਬੰਧਕਾਂ ਨੇ ਆਪਣੇ ਸਬਜ਼ ਬਾਜ ਦਿਖਾਉਣੇ ਸੀ ਸਾਰੇ, ਉਹਨਾਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਵਰਨਾ ਸੀ, ਦੇ ਦੇ ਕੇ ਸੋਭਾ ਬਣਿਆਈ। ਉਹ ਪਹਿਲੋਂ ਹੀ ਖੇੜਾ ਛਡਾ ਕੇ ਬਾਹਰ, ਪ੍ਰਬੰਧਕ ਸਾਰੇ ਉੱਠ ਕੇ ਭੱਜ ਪਏ, ਬਾਬਾ ਜੀ ਤੁਹਾਡਾ ਸਤਿਕਾਰ ਕਰਨਾ ਹੈ, ਸਿਰੋਪਾਉ ਦੇਣਾ ਹੈ, ਆਓ ਸਟੇਜ 'ਤੇ। ਕਹਿੰਦੇ ਮੈਂ ਸਿਰੋਪਾਉ ਲੈਂਦਾ ਹੀ ਨਹੀਂ, ਸਤਿਕਾਰ ਕਹਿੰਦੇ ਮੈਂ ਕਰਾਉਂਦਾ ਹੀ ਨਹੀਂ। ਉਹਨਾਂ ਸਤਿਕਾਰ ਕੀ ਕਰਨਾ ਸੀ, ਉਹਦਾ ਸਾਧ ਦੀ ਭੂਰੀ 'ਤੇ ਕੱਟ ਸੀ, ਸਾਧ ਦੀ ਭੂਰੀ 'ਤੇ ਅੱਖ ਸੀ ਸਾਰਿਆਂ ਦੀ, ਉਹ ਨਹੀਂ ਮੰਨੇ। ਫਿਰ ਅਖੀਰੀ ਪ੍ਰਬੰਧਕਾਂ ਨੇ ਕਿਹਾ ਜੀ ਇੱਥੇ ਹੀ ਖੋਲ੍ਹਦੇ ਹੁਣ ਸਾਰਾ ਕੁਝ, ਕਿ ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ, ਬੜੀਆਂ ਸੰਗਤਾਂ ਤੁਹਾਡੇ ਨਾਲ, ਸਾਰੀਆਂ ਵਿਲਾਇਤ ਦੀਆਂ, ਇਹਨਾਂ ਦੇ ਵੱਡੇ ਵੱਡੇ ਡਾਲਰ ਪਾਉਣ ਨੇ, ਇਹਨਾਂ ਨੂੰ ਕੋਈ ਔਖਾ ਨਹੀਂ, ਤੁਸੀਂ ਹੁਕਮ ਕਰੋ ਸਾਰੀਆਂ ਸੰਗਤਾਂ ਸੇਵਾ ਦਸਵੰਧ ਕੱਢਣ ਕਰਨ ਦੇਣ। ਇੱਥੇ ਅਸੀਂ ਇੱਥੇ ਸਕੂਲ ਕਾਲਜ ਚਲਾ ਰਹੇ ਹਾਂ, ਬਿਲਡਿੰਗਾਂ ਬਣਾ ਰਹੇ ਹਾਂ, 300 ਸਾਲ ਆ ਰਿਹਾ। ਅਤੇ ਸੰਤ ਤ੍ਰਿਸ਼ੀ ਜੀ ਨਿਗਾਹ ਨਾਲ ਕੌੜੇ ਜਿਹੇ ਹੋ ਕੇ ਨਾ ਉਹਨਾਂ ਨੂੰ ਹੀ ਵੇਖਿਆ, ਉਹ ਕਹਿੰਦੇ ਤੁਸੀਂ ਮੰਗਦੇ ਜੇ, ਤੁਸੀਂ ਮੰਗਤੇ ਜੇ? ਕਹਿੰਦੇ ਮੈਂ ਤਾਂ ਆਪ ਨੂੰ ਇੱਥੋਂ ਮੰਗਣ ਆਇਆ ਨਾਨਕ ਝੀਰੇ ਗੁਰੂ ਨਾਨਕ ਸਾਹਿਬ ਤੋਂ, ਤੁਸੀਂ ਮੰਗਤੇ ਕੋਲੋਂ ਮੰਗਦੇ ਜੇ? ਕਹਿੰਦੇ ਆਹ ਜੇ ਮੰਗਣਾ ਜੇ ਨਾ ਆਹ ਲਿਸਟਾਂ ਲੈ ਕੇ ਅੰਦਰ ਬਹਿ ਜਾਓ ਬਾਬੇ ਕੋਲ, ਜੇ ਉਹ ਦੇਣ ਜੋਗਾ ਨਹੀਂ ਤਾਂ ਫਿਰ ਭਾਈ ਭਰਜੋ ਬਾਹਰ। ਇਹ ਉਸ ਬਾਬੇ ਕੋਲ ਲਿਸਟਾਂ ਖੁੱਲ੍ਹੋ ਜਾ ਕੇ ਵੀ ਆਹ ਵੀ ਬਣਾਉਣਾ, ਆਹ ਵੀ ਕਰਨਾ, ਆਹ ਵੀ ਕਰਨਾ ਹੈ, ਅਸੀਂ ਇੱਥੋਂ ਮੰਗਣਾ ਆ। ਬੜਾ ਖਿੱਚਿਆ ਸੰਤਾਂ ਨੇ, ਪੂਰੀ ਡੰਡ ਲਾਈ ਉਹਨਾਂ ਦੀ ਕਮੇਟੀ ਦੀ। ਅਖੀਰ 'ਤੇ ਕਿਹਾ ਵੀ ਬਚਨ ਕਰੋ ਸਾਡੇ, ਦੱਸੋ ਕੀ ਹੋਣਾ ਇੱਥੇ। ਕਹਿੰਦੇ ਜੀ ਕਮਰੇ ਬਣਾਉਣੇ ਆ, ਹੋਰ ਜੀ ਲੰਗਰ ਪੂਰੇ ਲੱਗ ਜਾਣ 300 ਸਾਲਾਂ 'ਤੇ, ਸਾਰੀਆਂ ਚੀਜ਼ਾਂ ਉਹਨਾਂ ਗਿਣ ਗਿਣ ਕੇ ਦੱਸਤੀਆਂ। ਕਹਿੰਦੇ ਸਾਰੀਆਂ ਚੀਜ਼ਾਂ ਅਸੀਂ ਜ਼ਿੰਮੇਵਾਰੀ ਚੱਕਦੇ ਹਾਂ, ਗੁਰੂ ਸਾਹਿਬ ਦੇਣਗੇ, ਪਰ ਤੁਸੀਂ ਅੱਜ ਇਹ ਪ੍ਰਣ ਕਰ ਲਓ ਵੀ ਅੱਜ ਤੋਂ ਬਾਅਦ ਅਸੀਂ ਕਿਸੇ ਸੰਗਤਾਂ ਅੱਗੇ ਨਹੀਂ ਮੰਗਣਾ, ਕੋਈ ਟਕਵਾਂਜ ਨਹੀਂ ਰਚਣਾ, ਕੋਈ ਅਡੰਬਰ ਨਹੀਂ ਰਚਣਾ, ਗੁਰੂ ਸਾਹਿਬ ਕਰਨਗੇ, ਤੁਸੀਂ ਉਦੋਂ ਦੇਖ ਲਿਓ, ਸਾਨੂੰ ਭਰੋਸਾ ਗੁਰੂ ਸਾਹਿਬ ਸਭ ਕਰਦੇ ਆ। ਉਹਨਾਂ ਨੇ ਫਿਰ ਪ੍ਰਣ ਕੀਤਾ ਪ੍ਰਬੰਧਕਾਂ ਨੇ ਕਿ ਬਾਬਾ ਜੀ ਅੱਜ ਤੋਂ ਬਾਅਦ ਅਸੀਂ ਕਿਸੇ ਕੋਲ ਨਹੀਂ ਮੰਗਾਂਗੇ, ਕਹਿੰਦੇ ਤੁਹਾਡੇ ਕੰਮ ਹੋ ਜਾਣਗੇ। ਫਿਰ ਉੱਥੇ ਸਰਾਵਾਂ ਵੀ ਬਣੀਆਂ, ਸੜਕਾਂ ਵੀ ਬਣੀਆਂ, ਲੰਗਰ ਵੀ ਚੱਲੇ, ਉਹਨਾਂ ਨੂੰ ਕੋਈ ਨਹੀਂ ਕਰਨਾ ਪਿਆ, ਸਾਰੇ ਕੰਮ ਜਾ ਕੇ ਬਾਬਾ ਬਲਵਿੰਦਰ ਸਿੰਘ ਨਾਲ ਸਾਰੇ ਚੱਕ ਲਏ, ਹੋਰ ਮਹਾਂਪੁਰਸ਼ਾਂ ਨੇ, ਹੋਰ ਸੰਗਤਾਂ ਨੇ। ਕਹਿੰਦੇ ਗੁਰੂ ਦੇ ਨਾਮ 'ਤੇ ਮੌਜਾਂ ਮਾਣੋ, ਮੰਗੋ ਨਾ,
गुरु साहब सारा कारण कारण समरा थे सोने दियां पालकियां बड़िया बड़िया बन गईं सोने दे महल तैयार हो गए 300 साल तक इन्ने काम होए जिहड़े गिने नहीं जांदे सी सानू भी उन्होंने क्या भी सेवा चलो गुरु साहब ने जिवें आपे सेवा लै ली अपना सिर ते हथ रख के उत्थे नानक चीरे दे विच आप सत सेवा लाए नापे बख्श करें सबना का माँ प्यो आप है आपे सार करें असी भगती करनी है तो गुरु साहब नाल जुड़ना है संगतां नूं जोड़ना है भरोसा आपदा बनाउणा है संगतां दा बनेगा फिर बाबा भी सोभेगा गुरु साहब की सेवा भी सोहनी लगेगी काम भी बड़े होणगे वाधा है घटदा नहीं जे गुरु बैठे होण ये असी जमा के वेख्या जे गुरु साहब ना बैठे होण कली पोथी खोली होवे फिर नहीं काम बनता कली पोथी खोलिया काम नहीं बनता पोथी परमेश्वर का थान समझिया गल बनता काम बनता कले ग्रंथ नाल बनने काम नहीं बनता किड्डा मर्जी वड्डा ग्रंथ खोल लो गुरु ग्रंथ साहब जी नाल प्रगट गुरां दी देह नाल काम बनता गुरु विच बैठे समझो फिर तो काम बनता है ग्रंथ खोलिया बंद कीतिया काम नहीं बनता गुरु ग्रंथ साहब मन इन्हों गुरु मन इन्हों सुन इन्हों सुना आप दिया इन्हों गल्लां कर हजूरी च बह गए गल्लां भी करते सुनते भी ने गुरु ग्रंथ साहब मन कला ग्रंथ ना मन पोथी ना खोल परमेश्वर नू बिठा कली बाणी ना समझ बाणी गुरु समझ गुरु कली बाणी ना समझ के वाह वाह बाणी निरंकार इनू समझ निरंकार बैठा है असी उरा ही खड़ जाने गुरु साहब बड़े समर्थ ने एडे समर्थ ने जिथे मर्जी पाई लै जाओ भरोसे वाले होवो गुरु साहब विराजमान कर दियो वह घर गुरु साहब का ही बन जाएगा जगह गुरु साहब की बन जाएगी सब कुछ गुरु साहब के चरणों से आ जाएगा जंगल च बैठ जाओ बैठ गुरु साहब नू नाल लेके जंगल च तीर्थ बन जाएगा तो गुरु साहब प्रकाश करके तुसी काबजो के बह जाओ तो भीख मंगते ही रहोगे सारे गुरु नहीं दसेगा गुरु नहीं दसेगा जिन्हां नूं नहीं दिसना सी उन्हां दे प्रतख गुरु रामदास बैठे नहीं दिसे उन्हां नूं प्रतख गुरु अंगद साहिब जी पुत्रां नूं दिसे नहीं धन गुरु नानक साहिब जी ने गुरगद्दी दित्ती है भाई लैणे ते उन्हां ने कहा जी भी पुत्रां नूं देनी चाहीदी पुत्र तुहाडा जिहड़ा है पीढ़ी ये तुहाडा अंग है गुरु साहब कहिंदे मेरा अंग तां लैणा है कहिंदे मेरा जिहड़ा अंग है वह मेरा अंग लैणा है वो फिर उन्हां दा नाम अंगद रखिया उदों अंग बन गए गुरु साहब का कहिंदे मेरा तां अंग जे पुछो तो लैणा है पुत्रां दा तो वैसे भी बड़ा सत्कार सी बड़ी शोभा सी बड़ी कमाई सी 50 साल के नेड़े पृथ्वी अपने बाबा श्री चंद जी पहुँच गए सी बहुत मानता सी समाधि शक्तियाँ जिधर इधर उधर जाते विचरते गुरु नानक साहब वांगू ही सत्कार होंदा सी बड़ी उन्हां दी कला सी दरगाही भगवान मन्या गया श्री चंद महाराज जी नूं भगवान वो तो गुरु साहब ने आपदे होंदे उन्होंने कहा कि जिनी मर्जी कमाई करके लुटी जाओ जिनी मर्जी मानता कर लो जिनिया मर्जी शक्तियां ले जाओ दर खुला है तो लैणा जी मिट के सेवा करते सी उन्होंने फिर अंगद गुरु अंगद साहब जी बनाया
ਗੁਰੂ ਅਮਰਦਾਸ ਵੇਖ ਲਓ ਕੌਣ ਬਣੇ, ਗੁਰੂ ਰਾਮਦਾਸ ਕੌਣ ਬਣੇ, ਭੁਗਤਾ ਨਹੀਂ ਸੀ, ਬਸ ਜਿਹੜੇ ਸਭ ਤੋਂ ਨੀਵੇਂ ਸੀ ਉਹ ਬਣ ਗਏ, ਜਿਹੜੇ ਸਭ ਤੋਂ ਨਿਮਾਣੇ ਸੀ। ਅਤੇ ਅੱਜ ਗੁਰੂ ਸਾਹਿਬ ਦਾ ਗੁਰਪੁਰਬ ਵੀ ਹੈ, ਸੰਗਤਾਂ ਨੇ ਬਹਿ ਕੇ ਜਸ ਗਾਇਨ ਕੀਤਾ ਹੈ, ਗੁਰੂ ਸਾਹਿਬ ਅੱਜ ਲੇਖੇ ਲਾ ਲੈਣ, ਗਲਤੀਆਂ ਦੀ ਮਾਫ਼ੀ ਦੇ ਦੇਣ, ਗੁਣਾਂ ਗਾ ਰਹਾਂ ਸਦਾ ਹੀ ਭੁੱਲਣ ਹਾਰਾਂ, ਸਿਰ 'ਤੇ ਹੱਥ ਰੱਖ ਕੇ ਸੇਵਾ ਲੈਣ, ਇਸ ਭਾਂਡੇ ਬਿਣਸਨ ਹਾਰ ਨੇ। ਅਤੇ ਗੀਤਾ ਕਲੋਣੀ ਦੀ ਸੰਗਤ ਪਾਈ ਵਧੀਆ, ਸੋਹਣੇ ਸਾਰੇ ਗੁਰੂ ਸਾਹਿਬ ਕਿਰਪਾ ਕਰਨਗੇ, ਕੋਈ ਗੁਰਮੁਖ ਰੂਹ ਵੀ ਆ ਜਾਏਗੀ ਸੇਵਾ ਕਰਨ ਵਾਲੀ ਉੱਥੇ, ਤੁਹਾਡੇ ਸਾਰੇ ਨਾਲ ਚੱਲ ਕੇ ਲੱਗ ਕੇ ਕਰਿਓ, ਗੁਰੂ ਸਾਹਿਬ ਅੱਗੇ ਅਰਦਾਸ ਕਰੇ ਭੇਜ ਕਰਿਆ ਕਰੋ ਜੀ, ਗੁਰਮੁਖਾਂ ਨੂੰ ਭੇਜੋ, ਨਾਨਕ ਮੇਲ ਮੇਲ ਪ੍ਰਭ ਸੰਗਤ, ਮੈਨੂੰ ਕੋਈ ਇਹੋ ਜਿਹਾ ਬੇਮੇਲ ਦੇ ਜਿਹਦੀ ਸੰਗਤ ਕਰਕੇ ਮੈਂ ਹੰਸ ਬਣ ਜਾਂ। ਗੁਰਸਿੱਖਾਂ ਕੀ ਹਰ ਧੂੜ ਦੇ, ਇਹ ਮੰਗੋ ਜਾ ਕੇ, ਆਓ ਸੰਤ ਪਿਆਰੇ, ਕੋਈ ਸੰਤ ਮਹਾਂਪੁਰਸ਼ ਭੇਜਿਓ ਮਹਾਰਾਜ, ਕੋਈ ਸਾਧੂ ਸੰਤ, ਕੋਈ ਨਾਮ ਜਪਣ ਵਾਲੀਆਂ ਰੂਹਾਂ ਭੇਜੋ, ਚੰਗੀਆਂ ਰੂਹਾਂ ਇਕੱਠੀਆਂ ਕਰੋ, ਗੁਰੂ ਸਾਹਿਬ ਦਾ ਘਰ ਸਤਿਕਾਰਯੋਗ ਬਣ ਜਾਵੇ। ਸੰਤ ਸਜਾਨ ਸਿੰਘ ਜੀ ਇੱਥੇ ਆਏ ਅਤੇ ਬਾਬਾ ਆਨੰਦ ਸਿੰਘ ਜੀ ਨੇ ਇਹ ਨਹੀਂ ਕਿਹਾ ਸੀ ਜਾ ਕੇ ਸੀਸਗੰਜ ਬਹਿ ਜਾਂ ਬੰਗਲਾ ਸਾਹਿਬ ਜਾਂ ਵੱਡੇ ਗੁਰਦੁਆਰੇ 'ਚ ਬਹਿ ਜਾ, ਉਹਨਾਂ ਕਿਹਾ ਸੀ ਘਰ ਬੈਠ ਜੀ, ਜਾ ਕੇ ਕੀਰਤਨ ਗੁਰੂ ਸਾਹਿਬ ਨੂੰ ਸੁਣਾਵੀ, ਤੇਰਾ ਘਰ ਹੀ ਤੀਰਥ ਬਣ ਜੇ, ਉੱਥੇ ਮੇਲੇ ਲੱਗ ਜਾਣਗੇ। ਸਾਧੂ ਜੰਗਲਾਂ 'ਚ ਮੰਗਲ ਲਾ ਦਿੰਦੇ ਆ, ਅਸੀਂ ਲੋਕ ਜਿਹੜੇ ਆ ਕਹਿੰਦੇ ਮੱਕਾ ਨਹੀਂ ਮਾੜਾ, ਮੱਕੇ ਦੇ ਮਯੋਰ ਮਾੜੇ ਆ, ਅਸੀਂ ਮੱਕਾ ਵੀ ਬਦਨਾਮ ਕਰ ਦਿੰਦੇ ਹਾਂ, ਅਸੀਂ ਤੀਰਥਾਂ ਵੀ ਬਦਨਾਮ ਕਰ ਦਿੰਦੇ ਹਾਂ, ਬਦਨਾਮ ਆਦਮੀ ਅਤੇ ਸਾਧੂ ਬਦਨਾਮ ਜਗ੍ਹਾ ਨੂੰ ਤੀਰਥ ਬਣਾ ਦਿੰਦੇ, ਵੱਧ ਜਗ੍ਹਾ ਨੂੰ ਤੀਰਥ ਬਣਾ ਦਿੰਦੇ। ਅਸੀਂ ਹਮੇਸ਼ਾ ਆਪਦੀ ਬਦਬੂ ਛੱਡਣੀ, ਉਹਨਾਂ ਨੇ ਖੁਸ਼ਬੂ ਛੱਡਣੀ ਹੈ, ਗੁਰਮੁਖ ਰੂਹ ਬਣ ਜਾਓ ਸੇਵਾ ਕਰਨ ਵਾਲੇ, ਅਤੇ ਦੇਖਿਓ ਭਾਈ ਤੁਹਾਡੇ ਵੀ ਗੁਨਾਹ ਧੋਤੇ ਜਾਂਦੇ, ਦੂਜਿਆਂ ਦੇ ਤਾਂ ਧੋਤੇ ਜਾਣੇ, ਤੁਸੀਂ ਵੀ ਧੋਤੇ ਜਾਓਗੇ। ਅੱਜ ਸਲਾਹ ਅਤੇ ਹੁਕਮਨਾਮਾ ਲਓ ਜੀ। ਹਰ ਜਸ ਗਾਇਓ ਸੰਤ ਜਣਾ, ਹਰ ਜਸ ਗਾਇਓ ਸੰਤ ਜਣਾ ਮਿਲ, ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ
प्रभ की शरण सगल पहला थे दुख बिन से सुख पाया दयाल हुआ पार ब्रह्म स्वामी पूरा सतगुर त्याया प्रभ जियो तू मेरो साहिब दाता कर कृपा प्रभ दीन दयाला गुण गावो रंगराता रहाव सतगुर नाम निदान दड़ाया चिंता सगल बिनासी कर कृपा अपनो कर लीना मन वसया अबिनासी ताको बिघन न को लागे जो सतगुरे अपने राखे चरण कमल बसे हृदय अंतर अमृत हर रस चाखे कर सेवा सेवक प्रभ अपने जिन मन की इश पुजाई नानक दासता कै बलिहार जिन पूर्ण पैजर खाई कर सेवा सेवक प्रभ अपने जिन मन की इश पुजाई नानक दासता कै बलिहार जिन पूर्ण पैजर खाई